ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ, ਮਾਂ ਪਿਓ ਵੀ ਮਾਫ ਕਰਦਾ, ਠੀਕ ਹੈ ਨਾ, ਘਰੇ ਆ ਗਈ ਮੁੜ ਕੇ ਬਸ ਠੀਕ ਹੈ, ਆਸ਼ੀਰਵਾਦ ਦਿਓ, ਗਲਤੀਆਂ ਵੀ ਹੋ ਜਾਂਦੀਆਂ ਬੱਚਿਆਂ ਤੋਂ, ਮਾਫ ਵੀ ਸੰਗਤ ਨੇ ਕਰਨਾ, ਦੁਆਵਾਂ ਦਿਓ ਬੱਚਿਆਂ ਨੂੰ, ਬਸ ਸਾਰੇ ਇੱਕ ਥਾਂ ਤੇ ਹੋ ਜਾਣ। ਸਾਡੇ ਜੋਤੀ ਜੀ, ਜੋਤੀ ਨੂਰਾ ਜੀ, ਜੋਤੀ ਮੀਰ ਜੀ, ਔਰ ਅੱਜ ਆਏ ਹਾਂ ਵੈਸੇ ਚਾਅ ਨਾਲ, ਅਭੀ ਜੀ ਬੈਠੇ ਨੇ ਅਤੇ ਬੇਟੀ ਮੇਰੀ, ਅਤੇ ਬੜਾ ਹੀ ਅੱਛਾ ਲੱਗਾ ਅਤੇ ਅੱਜ ਮਿਲੇ ਹਾਂ, ਬੜੀ ਹੀ ਦੇਰ ਬਾਅਦ ਮਿਲੇ ਨੇ, ਅਤੇ ਉਹ ਸਿਆਣੇ ਕਹਿੰਦੇ ਆ ਕਿ ਕੰਮ ਕੰਮ ਨਹੀਂ ਭੁੱਲਦਾ, ਗੁਣ ਨਹੀਂ ਭੁੱਲਦਾ, ਅਤੇ ਇੰਨਾ ਕਾ ਵੀ ਬੱਚੇ ਆ ਕੋਈ ਗੱਲ ਨਹੀਂ, ਅਤੇ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆ ਗਈ, ਬੱਚਿਆਂ ਨੇ ਫੋਨ ਲਾ ਲਿਆ ਅਸੀਂ ਆ ਗਏ, ਉਹ ਆ ਗਏ, ਅਸੀਂ ਆ ਗਏ, ਬਸ ਮਿਲ ਪਏ, ਅਤੇ ਨਵਾਂ ਤੁਹਾਡੇ ਅੱਗੇ ਮੈਟਰ, ਕਿਉਂਕਿ ਬੱਚੇ ਬੱਚੇ ਹੁੰਦੇ ਆ ਜੀ, ਸਿਆਣੇ ਸਿਆਣੇ ਹੁੰਦੇ। ਇੱਕ ਵਾਰੀ ਬੋਲਦੇ ਜਗਾਰਾ ਜਗਾਰਾ ਸੱਚੀ ਸਰਕਾਰ ਦਾ, ਸੱਚੇ ਦਰਬਾਰ ਕੀ ਜੈ। ਬੋਲਦੇ ਤੁਸੀਂ ਵੀ ਜੋਤੀ ਜੀ, ਬਸ ਇਹ ਤੁਹਾਡੀਆਂ ਸਾਰਿਆਂ ਦੀਆਂ ਬਲੈਸਿੰਗਸ ਆ ਅਤੇ ਤੁਹਾਡੇ ਸਾਰਿਆਂ ਦਾ ਇਹ ਪਿਆਰ ਆ, ਅਤੇ ਮੈਂ ਥੋੜ੍ਹੇ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਤੁਸੀਂ ਇੰਨੀਆਂ ਦੁਆਵਾਂ ਔਰ ਇੰਨਾ ਪਿਆਰ ਕਰਦੇ ਹੋ, ਅਸੀਂ ਕੋਈ ਵੀ ਵੀਡੀਓ ਪਾਉਂਦੇ ਤੁਸੀਂ ਹਰ ਕਮੈਂਟ ਦੇ ਵਿੱਚ ਇਹੀ ਕਹਿੰਦੇ ਇਕੱਠੇ ਹੋਵੋ, ਅਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਔਰ ਤੁਹਾਡਾ ਆਸ਼ੀਰਵਾਦ ਆ, ਅਤੇ ਜਿੰਨਾ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਇਹ ਪਿਆਰ ਆ, ਅਤੇ ਬਸ ਇੱਦਾਂ ਹੀ ਹਮੇਸ਼ਾ ਆਪਣਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ, ਅਤੇ ਭੈਣਾਂ ਭਰਾਵਾਂ ਦਾ ਪਿਆਰ ਇੱਦਾਂ ਹੀ ਬਰਕਰਾਰ ਰਹੇ, ਔਰ ਅਸੀਂ ਸਾਰੀ ਫੈਮਿਲੀ ਇੱਦਾਂ ਹੀ ਪੁਰਸਕੂਨ ਰਹੀਏ। ਅਤੇ ਕੁਛ ਬੰਦੇ ਇੱਦਾਂ ਦੇ ਵਿੱਚ ਆ ਜਾਂਦੇ ਆ ਕਿ ਆ ਗਏ ਸੀ ਤੋੜ ਦਿੱਤਾ, ਜਿਹਨਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ, ਉਹ ਬਖੇਰਦੀ, ਜਿਹਦੀ ਜਿਹੜੀ ਜ਼ਿਆਦਾ ਪਾਪਾ ਕੀ ਕਹਿੰਦੇ ਨੇ ਮਾਲਾ ਸੋਹਣੀ ਹੋਵੇ, ਉਹਨੂੰ ਸਾਰੇ ਬਖੇਰ ਨੂੰ ਬਹੁਤ, ਬਿਲਕੁਲ ਸਹੀ ਗੱਲ, ਤੇ ਪਰ ਨਹੀਂ ਉਹ ਫੇਰ ਉਦਾਂ ਹੀ ਮੋਤੀ ਇਕੱਠੇ ਹੋ ਗਏ, ਲੱਭ ਗਏ ਸੀ, ਮੋਤੀ ਲੱਭ ਗਏ। ਸਾਹਿਲ ਬੁਲਾ, ਸਾਹਿਲ ਤੇ ਸਾਡਾ ਤਬਲ ਜੀ ਖੁਸ਼ੀ ਬਹੁਤ ਹੈ, ਮੇਰੇ ਭੈਣ ਭਰਾ ਮਿਲ ਗਏ ਮੈਨੂੰ, ਬਸ ਇੰਨਾ ਬਹੁਤ ਸੋਹਣਾ, ਤੇ ਘਰ ਵੀ ਬਹੁਤ ਸੋਹਣਾ ਪਾ ਲਿਆ, ਤੇ ਥੋੜੇ ਦਿਨ ਚ ਸ਼ਿਫਟ ਹੋ ਜਾਣਾ, ਤੇ ਬਾਕੀ ਸਾਰੇ ਜਣੇ ਏਦਾਂ ਹੀ ਪਿਆਰ ਦਿੰਦੇ ਰਹੋ, ਅਸੀਂ ਇਕੱਠੇ ਹੀ ਆ ਸਾਰੇ, ਮੰਮੀ ਹੁਣੀ ਆਏ, ਡੈਡੀ ਹੁਣੀ ਆਏ, ਤੇ ਇੱਧਰ ਸਾਡੇ ਖਾਨ ਸਾਹਿਬ, ਖਾਨ ਸਾਹਿਬ ਜੋਤੀ ਨੂਰਾ, ਇੱਧਰ ਸਾਡੇ ਭਾਜੀ ਉਸਮਾਨ ਭਾਜੀ, ਹਾਏ ਹਾਏ, ਕਮੈਂਟ ਆ ਰਹੇ, ਹਾਂਜੀ ਤੁਸੀਂ ਸਾਰਿਆਂ ਨੂੰ, ਬਾਪੂ ਜੀ ਆਏ ਆ, ਸਾਨੂੰ ਫੇਰ ਇਕੱਠੇ ਆਏ ਸਾਰੇ, ਤੇ ਜਿਹੜੇ ਸੀਗੇ ਬੰਦੇ ਕੁਛ ਸਨ ਤੋੜਨ ਵਾਲੇ, ਉਹ ਆਪ ਹੁਣ ਟੁੱਟ ਗਏ, ਤੇ ਬਾਪੂ ਜੀ ਸਾਡੇ ਨਾਲ ਆ, ਸਾਡਾ ਆਸ਼ੀਰਵਾਦ ਬਾਪੂ ਜੀ ਸਾਡੇ ਸਿਰ ਤੇ ਆ, ਬਥੇਰੇ ਜਾਣੇ ਆਏ ਆ, ਬਥੇਰੇ ਗਏ, ਬਥੇਰੇ ਆ ਗਏ, ਪਰ ਕਦੀ ਪਰਿਵਾਰ ਵੀ ਟੁੱਟੇ, ਕਦੀ ਨੀ ਟੁੱਟਦੇ ਹਲੇ ਪਰਿਵਾਰ, ਪਰਿਵਾਰ ਹਮੇਸ਼ਾ ਪਰਿਵਾਰ, ਜਿਹਨੂੰ ਕਿਹਾ ਹੀ ਗਿਆ ਪਰਿਵਾਰ ਪਰਿਵਾਰ ਪਰਿਵਾਰ, ਉਹ ਪਰੇ ਵੀ ਹੋ ਜਾਣ ਤਾਂ ਵੀ ਜਦੋਂ ਵਾਪਸ ਆ ਜਾਣ ਫੇਰ ਬਣਦਾ ਪਰਿਵਾਰ, ਪੰਛੀ ਵੀ ਆਪਣਾ ਆਲਣਾ ਛੱਡ ਦਿੰਦੇ ਸ਼ਾਮ ਨੂੰ, ਵਾਪਸ ਫੇਰ ਆਪਣੇ ਆਲਣੇ ਚ ਜਾਂਦੇ,
ਬੱਚੇ ਆ, ਕੋਈ ਗੱਲ ਨਹੀਂ, ਫਿਰ ਕਿਉਂ ਲਾਈਫ ਦੇ ਵਿੱਚ ਬਹੁਤ ਕੁਛ ਹੋ ਜਾਂਦਾ। ਅਤੇ ਕਹਿੰਦਾ ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਰ ਵੀ ਜਾਂਦੇ ਨੇ, ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ, ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਠੀਕ ਹੈ ਜੀ, ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ, ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਕਹਿੰਦਾ ਬੜਾ ਅਫਸੋਸ ਸੱਜਣਾ ਤੇ ਵਿਗੜ ਗਏ ਗੈਰ ਦੇ ਆਖੇ, ਤੁਸੀਂ ਆਪ ਹੀ ਸਮਝਦਾਰ ਹੋ, ਬੜਾ ਅਫਸੋਸ ਸੱਜਣਾ ਤੇ ਵਿਗੜ ਗਏ ਗੈਰ ਦੇ ਆਖੇ, ਕਹਿੰਦਾ ਤੂੰ ਰੱਖ ਕੁਝ ਹੌਸਲਾ ਸਫਰੀ, ਕਿਸੇ ਦੇ ਮਰ ਵੀ ਜਾਂਦੇ ਨੇ। ਠੀਕ ਹੈ, ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਰ ਹੀ ਜਾਂਦੇ, ਜਿਹੜੇ ਦੁਨੀਆਂ ਤੋਂ ਚੱਲ ਜਾਂਦੇ, ਇਹ ਤਾਂ ਫੇਰ ਜੀਂਦੇ ਨੇ, ਫੇਰ ਵਾਪਸ ਆ ਗਏ ਨੇ, ਮਾਂ ਪਿਓ ਦੀ ਯਾਦ ਆ ਗਈ ਆ, ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ, ਇੱਕ ਦੂਜੇ ਦੇ ਮਗਰ ਲੱਗ ਕੇ ਦਿਲ ਤੇਰੇ ਦੀ ਲੈ, ਤੇਰੇ ਦੀ ਤੇਰੀ ਹੈ, ਤੇਰਾ ਜੋ ਤੇਰਾ ਫਲਾਣ ਕੀ ਆ, ਕੁਛ ਵੀ ਨਹੀਂ ਮਿਲਦਾ। ਫਿਰ ਕਹਿੰਦਾ ਕਹਿੰਦਾ ਤੂੰ ਦਿਲਾ ਕਿਉਂ ਹੌਸਲਾ ਢਾਵੇਂ, ਇਸ਼ਕ ਦੀ ਖੇਡ ਖੇਡੀ ਜਾ, ਵੀ ਤੂੰ ਹੌਸਲਾ ਨਾ ਢਾ, ਤੂੰ ਗਾਈ ਜਾ। ਗਾਉਣਾ ਵੀ ਇੱਕ ਖੇਡ ਹੈ, ਗਾਉਣਾ ਵੀ ਇੱਕ ਹੁਨਰ ਹੈ, ਗਾਉਣਾ ਵੀ ਇੱਕ ਫਨ ਹੈ। ਕਹਿੰਦਾ ਦਿਲਾ ਕਿਉਂ ਹੌਸਲਾ ਢਾਵੇਂ, ਇਸ਼ਕ ਦੀ ਖੇਡ ਖੇਡੀ ਜਾ, ਕੋਈ ਗੱਲ ਨਹੀਂ ਮਿਲ ਪੈਣਗੇ, ਆਪਣਾ ਕੰਮ ਤਾਂ ਜਾਰੀ ਰੱਖੀਏ, ਆਪਣੇ ਗੁਣ ਨੂੰ ਵਧੀਆ ਰੱਖੀਏ। ਦਿਲਾ ਕਿਉਂ ਹੌਸਲਾ ਢਾਵੇਂ, ਇਸ਼ਕ ਦੀ ਖੇਡ ਖੇਡੀ ਜਾ। ਕਹਿੰਦਾ ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ, ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ। ਠੀਕ ਹੈ, ਸੋ ਇਹ ਆ, ਅਤੇ ਬੜੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ, ਇਹ ਮਾਸੂਮ ਬੱਚੇ ਆ, ਇਹਨਾਂ ਤੋਂ ਸ਼ਰਾਰਤ ਕਰਾਈ ਗਈ, ਹੋ ਗਈ, ਸ਼ਰਾਰਤਾਂ ਕਰਾਉਣ ਵਾਲੇ ਵੀ ਉੱਤੇ ਥੱਲੇ ਚੜ੍ਹੇ ਸੀ, ਉਹਨਾਂ ਨੂੰ ਹੁਣੇ ਆਪਣਾ ਲਾਲਚ ਸੀਗਾ। ਠੀਕ ਹੈ ਨਾ, ਅਤੇ ਲਾਲਚੀਆਂ ਦਾ ਟਾਈਮ ਕਹਿੰਦੇ ਨਾ, ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ, ਜ਼ਰੂਰ ਆਉਂਦਾ ਹੁੰਦਾ, ਇਹ ਸਿਆਣੇ ਦੀ ਕਹਾਵਤ ਆ, ਕਦੀ ਖਾਲੀ ਨਹੀਂ ਜਾਂਦੀ, ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ, ਜਦੋਂ ਸਾਧ ਦਾ ਆ ਗਿਆ ਨਾ, ਫਿਰ ਬਸ ਫਿਰ ਪਾ ਪਿੜੀਆਂ ਦਿੰਦਾ ਉਹ, ਫਿਰ ਉਹ ਜੋੜ ਕੇ ਹਟਦਾ, ਸੌ ਦਿਨ ਚੋਰ ਦਾ ਇੱਕ ਦਿਨ ਮੇਰੇ ਬਾਪੂ ਦਾ, ਗੌਸ ਪਾਕ ਮਾਹੀ ਸ਼ਾਹ ਦਾ, ਉਹ ਆ ਗਿਆ ਉਹਨੇ ਲੈਣ ਦਾ। ਠੀਕ ਹੈ ਨਾ, ਕੋਈ ਨਹੀਂ ਤੋੜਨ ਵਾਲਾ ਜੰਮਿਆ, ਜਿੰਨਾ ਚਿਕਰ ਬੰਦਾ ਮਰਦਾ ਨਹੀਂ ਨਾ, ਉਹਨਾਂ ਚਿਕਰ ਬੰਦਾ ਟੁੱਟਦਾ ਨਹੀਂ। ਤੁਹਾਡੇ ਜੋੜਿਆਂ ਦੀ ਖਾਕ ਆ ਅਸੀਂ, ਬਸ ਇੰਨਾ ਕਾ ਵੀ ਧਿਆਨ ਰੱਖੋ, ਇਹ ਬੱਚੇ ਆ, ਗਲਤੀਆਂ ਕਰ ਜਾਂਦੇ, ਅਸੀਂ ਸਾਡੇ ਤੋਂ ਵੀ ਹੋਈਆਂ ਹੀ ਹੋਣਗੀਆਂ। ਠੀਕ ਹੈ, ਤੇ ਇਹਨਾਂ ਦੀ ਵੀ ਗਲਤੀ, ਸਾਡੀ ਵੀ ਗਲਤੀ, ਸਾਨੂੰ ਮਾਫੀ ਦਿਓ। ਤੇ ਬਾਕੀ ਤੁਸੀਂ ਸੱਜਣ ਮਿੱਤਰ ਸਾਡੇ, ਤੁਹਾਡੇ ਨਾਲ ਹੀ ਸਾਰਾ ਕੁਛ, ਤੁਹਾਡੀਆਂ ਦੁਆਵਾਂ ਨਾਲ ਹੀ ਸਾਰਾ ਕੁਛ ਹੈ। ਜੈਕਾਰਾ ਬਾਪੂ ਮਾਹੀ ਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ, ਜੈ ਜੈ ਮੇਰੇ ਭਾਈ, ਸਭ ਦਾ ਭਰਾ ਮੇਰੀਆਂ ਖਾਣਾ ਹੋ ਜਾਂਦੀਆਂ ਜੇ ਮੇਰੀ ਮੰਮੀ ਜੇ ਮੇਰੀ ਬੇਟੀ ਮੇਰੇ ਦਿਮਾਗ ਚ ਆ ਗਿਆ ਮੇਰੀ ਕੁੜੀ ਮਿਲ ਪਈ ਸਾਰਿਆਂ ਦਾ ਕੀ ਕਹਿੰਦੇ ਹੁੰਦੇ ਆਸ਼ੀਰਵਾਦ ਮੈਂ ਅੱਜ ਖੁਸ਼ ਬੜਾ ਸ਼ੁਕਰੀਆ ਸਾਰਿਆਂ ਦਾ ਆਸ਼ੀਰਵਾਦ ਸ਼ੁਕਰਾਨ ਮੇਰੇ ਮੂੰਹ ਤੇ ਗਲੋ ਕਿੰਨਾ ਆ ਗਿਆ ਹਨਾ ਤਿਆਰ ਹੈ ਸਾਡੇ ਸਮਾਜ ਹੀ ਜਿਹਦਾ ਵੀ ਸਦਕਾ ਅੱਜ ਮੈਂ ਮਿਲਿਆ ਬਦੋ ਦਿੱਤੀਆਂ ਜੀ ਸਾਰਾ ਕੁਝ ਵਾਹ ਵਾਹ ਸਮਾਨ ਸਾਹਿਬ ਅਸੀਂ ਇਹਨਾਂ ਦੇ ਬਦੋ ਦਿੱਤਾ ਸਾਰਾ ਕੁਝ ਥੈਂਕ ਯੂ ਮਿਹਰਬਾਨੀ ਉਸਮਾਨ ਸਾਹਿਬ ਕੈਸੇ ਬਾਪੂ ਜੀ ਬੈਠੇ ਇੱਧਰ ਮਾਤਾ ਜੀ ਬੈਠੇ ਆ
ਜੀ ਮੇਰੇ ਪਾਪਾ ਜੀ ਅਬੂ ਜੀ ਸਾਰੇ ਦੌਲਤ ਦੀਆਂ ਪਿੱਛੇ ਦੁਸ਼ਮਨ ਪੜੇ ਥੇ ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗੜੇ ਰਹਿ ਗਏ। ਇਹ ਮੇਰੇ ਗੌਸਲੇ ਆਜ਼ਮ ਜੀ ਦਾ ਸ਼ੇਰ ਹੈ। ਕਹਿੰਦਾ ਜਿਹੜਾ ਉਹਦਾ ਸੇਵਕ ਹੈ ਨਾ ਉਹ ਕਹਿੰਦਾ ਮੈਂ ਤੇਰਾ ਆ, ਮੈਂ ਤੇਰੇ ਜੋੜਿਆਂ ਦੀ ਖਾਕ ਦੀ ਵੀ ਖਾਕ ਆ, ਜੇ ਮੈਨੂੰ ਜੋੜਿਆਂ ਚ ਵੀ ਰੱਖ ਲੈਣ ਤਾਂ ਮੇਰੇ ਵੱਡੀ ਬਹੁਤ ਵੱਡੀ ਗੱਲ ਆ। ਸਾਹਿਲ ਜੀ ਸੁਣਾਓ ਕੁਛ, ਤੁਹਾਨੂੰ ਕਮੈਂਟ ਕਰ ਰਹੇ ਦੋ ਮਿੰਟ। ਕਹਿੰਦਾ ਪਿੱਛੇ ਦੁਸ਼ਮਨ ਪੜੇ ਥੇ ਪੜੇ ਰਹਿ ਗਏ ਫਿਰ ਵੀ ਝੰਡੇ ਰਜ਼ਾ ਕੇ ਗੜੇ ਰਹਿ ਗਏ, ਛੋਟਾ ਕਰਨੇ ਕੀ ਲੋਗੋ ਨੇ ਕੀ ਕੋਸ਼ਿਸ਼ ਹਾਰ ਸਹਜ਼ਰਤ ਬੜੇ ਥੇ ਛੋਟਾ ਕਰਨੇ ਕੀ ਲੋਗੋ ਨੇ ਕੀ ਕੋਸ਼ਿਸ਼ ਹਾਰ ਸਹਜ਼ਰਤ ਬੜੇ ਥੇ ਬੜੇ ਰਹਿ ਗਏ। ਕਹਿੰਦਾ ਜੋ ਤੁਮਸੇ ਨਾ ਮਾਂਗੇ ਤੋ ਫਿਰ ਕਿਸੇ ਮਾਂਗੇ, ਗੌਸ ਪਾਕ ਸਰਕਾਰ ਜੋ ਤੁਮਸੇ ਨਾ ਮਾਂਗੇ ਤੋ ਫਿਰ ਕਿਸੇ ਮਾਂਗੇ। ਕਹਿੰਦਾ ਕਹੀਂ ਔਰ ਵੀ ਹੈ ਗਲੀ ਗੌਸੇ ਆਜ਼ਮ, ਜੋ ਡੂਬੀ ਥੀ ਕਸ਼ਤੀ ਵੋ ਦਮ ਮੇ ਨਿਕਾਲੀ, ਜੋ ਡੂਬੀ ਥੀ ਕਸ਼ਤੀ ਵੋ ਦਮ ਮੇ ਨਿਕਾਲੀ, ਤੁਝੇ ਐਸੀ ਕੁਦਰਤ ਮਿਲੀ ਗੌਸੇ ਆਜ਼ਮ, ਤੁਝੇ ਐਸੀ ਕੁਦਰਤ ਮਿਲੀ ਗੌਸ, ਤੇਰੇ ਤੋਂ ਇਲਾਵਾ ਕੁਦਰਤ ਵੀ ਨਹੀਂ ਕਿਸੇ ਨੂੰ ਮਿਲੀ ਬੇੜੇ ਤਾਰਨ ਦੀ, ਬਾਰਾਂ ਬਾਰਾਂ ਚੌਵੀ ਚੌਵੀ ਸਾਲ ਬਾਅਦ ਬੇੜੇ ਤਾਰਨੇ। ਜਿਹੜਾ ਤੇਰਾ ਸੇਵਕ ਆ ਉਹ ਕਹਿੰਦਾ ਜਿਹੜਾ ਮੇਰਾ ਸੇਵਕ ਹੈ ਨਾ ਭਾਵੇਂ ਕਿੰਨਾ ਵੀ ਮੇਰਾ ਸੇਵਕ ਆ ਹੈਗਾ ਮੇਰੇ ਕੋਲ, ਕਹਿੰਦਾ ਮੇਰੇ ਹੁਕਮ ਤੋਂ ਬਗੈਰ ਚਾਹੇ ਮੈਨੂੰ ਕਿੰਨਾ ਵੀ ਮੰਨਣ ਵਾਲਾ, ਮੇਰੇ ਹੁਕਮ ਤੋਂ ਬਗੈਰ ਉਹਦੀ ਜ਼ੁਬਾਨ 'ਤੇ ਮੇਰਾ ਨਾਮ ਨਹੀਂ ਆ ਸਕਦਾ ਜਿੰਨਾ ਇੱਕ ਮੈਂ ਨਾ ਚਾਹਾਂ। ਠੀਕ ਹੈ, ਉਹ ਤਾਂ ਗੌਸੇ ਆਜ਼ਮ, ਠੀਕ ਹੈ ਨਾ, ਮੇਰੇ ਸੋਹਣਿਆ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ। ਇੱਕ ਗਾਣਾ ਸੀ ਮੁਕੇਸ਼ ਜੀ ਦਾ, ਜਾਣੇ ਕਹਾਂ ਗਏ ਵੋ ਦਿਨ, ਉਹਦੇ 'ਚ ਇੱਕ ਅੰਤਰਾ ਉਹ ਫਿਲਮ 'ਚ ਨਹੀਂ ਆਇਆ, ਉਹ ਕਿਹੜਾ ਅੰਤਰਾ ਸੀਗਾ, ਕਹਿੰਦਾ ਇਸ ਦਿਲ ਕੇ ਆਸ਼ੀਆਂ ਮੇ ਅਬ ਉਨਕੇ ਖਿਆਲ ਰਹਿ ਗਏ, ਇਸ ਦਿਲ ਕੇ ਆਸ਼ੀਆਂ ਮੇ ਅਬ ਉਨਕੇ ਖਿਆਲ ਰਹਿ ਗਏ, ਤੋੜ ਕੇ ਦਿਲ ਵੋ ਚੱਲ ਦੀਏ ਫਿਰ ਹਮ ਅਕੇਲੇ ਰਹਿ ਗਏ, ਜਾਣੇ ਕਹਾਂ ਗਏ ਵੋ ਦਿਨ, ਕਹਿਤੇ ਤੇ ਤੇਰੀ ਰਾਹੋਂ ਮੇ ਨਜ਼ਰੋਂ ਕੋ ਹਮ ਬਿਛਾਏਂਗੇ। ਇੰਨਾ ਕੁਛ ਕਰਕੇ ਨਜ਼ਰੋਂ ਕੋ ਹਮ ਪੁਛਾ, ਨਜ਼ਰਾਂ ਤਾਂ ਹੈ ਹੀ ਨਹੀਂ, ਉਹ ਕਿੱਥੇ ਆ ਵਿਛਾਵਾਂਗੇ। ਠੀਕ ਆ, ਸੋ ਇਹ ਆ, ਕੋਈ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ, ਪਰ ਜਿਹੜੇ ਤੋੜਨ ਵਾਲੇ ਸੀ ਨਾ ਉਹਨਾਂ ਨੇ ਵਾਹ ਤਾਂ ਬਹੁਤ ਲਾਈ ਸੀ, ਪਰ ਜਿਹਦੇ ਪਿੱਛੇ ਗੌਸ ਪਾਕ ਦੀ ਮੋਹਰ ਨਾ, ਸੌ ਰੱਬ ਦੀ ਵਲੀ ਨਹੀਂ ਹੋ ਸਕਦਾ ਜਦ ਤੱਕ ਲੱਗਦੀ ਮੋਹਰ ਸਰਕਾਰ ਦੀ ਨਹੀਂ, ਉਹ ਗੌਸ ਪਾਕ ਹੀ ਆ। ਮੈਂ ਉਹਦਾ ਮੁਰੀਦ ਹਾਂ, ਮੈਂ ਉਹਦਾ ਬੱਚਾ, ਮੈਂ ਉਹਦੇ ਦਰ ਦਾ ਕੁੱਤਿਆਂ ਦਾ ਵੀ ਕੁੱਤਾ ਮੈਂ, ਠੀਕ ਹੈ, ਮੈਂ ਜੋੜੇ ਝਾੜਦਾ ਝਾੜੂ ਹੀ ਲਾਉਣਾ ਮੈਂ, ਹਾਂ ਉਹ ਜਿੰਨੇ ਝਾੜੂ ਮੈਂ ਜਿੱਦਾਂ ਮਾਰਦਾ ਨਾ, ਉਹ ਜਿੰਨੇ ਵੀ ਆਲਮ ਜਿਹੜੇ ਕਰਨ ਕਰਾਉਣ ਵਾਲੇ ਨਾ, ਜਿਹੜੇ ਲੱਗਣ ਲਗਾਉਣ ਵਾਲੇ, ਉਹ ਸਭ ਪਿੱਛੇ ਹਟਦੇ, ਉਹ ਝਾੜੂ ਨਾਲ ਹੀ ਸਾਫ਼ ਹੋ ਜਾਂਦੇ, ਸਾਨੂੰ ਕੁਛ ਵੀ ਨਹੀਂ ਕਰਨਾ ਹੁੰਦਾ, ਝਾੜੂ ਵੀ ਮਾਰਦੇ ਵਾ ਸਾਫ਼ ਹੋ ਜਾਂਦੇ, ਪੋਚਾ ਹੀ ਲੱਗ ਜਾਂਦਾ। ਠੀਕ ਆ, ਬਾਕੀ ਤੁਸੀਂ ਭੈਣਾਂ ਭਰਾ ਹੋ, ਮੇਰੇ ਛੋਟੇ ਜਿਹੜੇ ਮੇਰੇ ਬੱਚੇ ਆ, ਮੇਰੇ ਹਮ ਉਮਰ ਦੇ ਮੇਰੇ ਭਰਾ ਨੇ, ਜਿਹੜੇ ਮੇਰੇ ਤੋਂ ਵੱਡੇ ਨੇ ਉਹ ਮੇਰੇ ਮਾਂ ਪਿਓ ਨੇ, ਅਤੇ ਤੁਹਾਡੀਆਂ ਸਾਰਿਆਂ ਦੇ ਚਰਨਾਂ ਦੇ ਜਿਹੜੇ ਜੋੜਿਆਂ ਦਾ, ਉਹਨਾਂ ਦੀ ਮੈਂ ਖਾਕ ਹਾਂ, ਇਹ ਬੱਚੇ ਆ, ਤੁਸੀਂ ਜਾਂਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਰਹਿਮਤ ਕਰੇ ਦਾਤਾ। ਅਤੇ ਇੱਕ ਵਾਰੀ ਤੁਸੀਂ ਸਾਰਿਆਂ ਨੇ ਜੈਕਾਰੇ ਦਾ ਜਵਾਬ ਦੇਣਾ, ਜਿਹੜੇ ਜਿਹੜੇ ਵੀ ਲਾਏ ਹੋਏ ਨੇ, ਜੈਕਾਰਾ ਦਾਤਾ ਬਾਪੂ ਮਾਹੀਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ। ਠੀਕ ਹੈ ਜੀ, ਜੈ ਮਾਤਾ ਦੀ, ਜੈ ਦਾਤਿਆਂ ਦੀ, ਜੈ ਸਰਕਾਰਾਂ ਦੀ। ਲੋ ਜੀ ਫੇਸ ਵੇਖ ਲਓ, ਜੋਤੀ ਜੀ ਫੇਸ ਦਿਖਾ ਦਿਓ। ਓਹੋ ਸਾਚਿਲ, ਸਾਚਿਲ ਸਾਲੀ, ਸਾਹਿਲ ਤੇਰਾ ਗਾਣਾ ਸੁਣਨਾ, ਕਹਿੰਦੇ ਗਾਣਾ ਸੁਣਨਾ, ਸੁਣਾ ਯਾਰ। ਮੈਂ ਗਾਣਾ ਕਿਹੜਾ, ਆਹੀ ਆਹੀ ਸੁਣਾ ਦੇ ਯਾਰ, ਮੈਂ ਕਿਸੇ ਨੇ ਉਹ ਗਾਣਾ ਪਸੰਦ ਉਹਨਾਂ ਨੂੰ ਹੈਗਾ, ਐ ਮਤਲਬ ਹੋਵੇ ਗਹਿਰਾਂ ਨੂੰ ਸਕਿਆਂ ਤੋਂ ਵੱਧ ਕੇ ਚਾਹੁੰਦੇ ਨੇ,
ਫਿਰ ਰੱਖ ਦਨਾਲੀ ਮੋਢੇ ਤੇ ਨਿਸ਼ਾਨਾ ਕਿਤੇ ਲਾਉਂਦੇ ਨੇ, ਸੋਹਣੀ ਲੱਗਣ ਦੇਂਦੇ ਦਿਲ ਵਿਚਲੀਆਂ ਖਰਾਂ ਦੀ ਇਸ ਦੁਨੀਆਂ ਵਿੱਚ ਕਮੀ ਨਹੀਂ ਕੋਈ ਝੂਠੇ ਯਾਰਾਂ ਦੀ, ਬਾਬਾ ਝੂਠੇ ਬਾਬਾ ਬਾਬਾ ਇੰਨੀ ਸੱਚੀ ਵਾਹਵਾ ਲੱਗੀ ਤੁਸੀਂ ਗਾਉਣਾ ਚਾਹੋਗੇ ਕੁਛ? ਥੈਂਕ ਯੂ ਸੋ ਮਚ। ਹੋਰ ਬਾਏ ਬਾਏ ਸਾਰਿਆਂ ਨੂੰ, ਬਾਏ ਬਾਏ ਸਾਰਿਆਂ ਨੂੰ। ਵੇਖ ਲਓ ਮੇਰਾ ਫੇਸ, ਜੋਤੀ ਜੀ ਫੇਸ ਦਿਖਾ ਲਓ, ਕਿਆ ਆਵਾਜ਼ ਹੈ ਸਾਹਿਲ ਕੇਰੀ, ਕਿਆ ਆਵਾਜ਼ ਹੈ, ਵਾਹ ਵਾਹ ਜੀ ਫੁੱਲ ਗਿਆ, ਜੋਤੀ ਜੀ ਲਵ ਯੂ। ਹੋ ਸੀ ਜਾਂਦੇ ਸਾਹਿਲ ਪਲੀਜ਼, ਕੀ ਆ ਮੈਨੂੰ ਮਾਂ ਬਾਪੂ ਤੋਂ ਦੁਆ ਲੈ ਦਿਓ। ਅੱਛਾ ਲਓ ਜੀ ਪਾਪਾ ਦੁਆ ਦੇ ਦੇ ਕੋਈ।